ਭਾਈ ਜੀ ਸੁਣ ਲਓ ਗੱਲ ਮੇਰੀ, ਮੈਂ ਕੋਈ ਮਾੜੀ ਮੋਟੀ ਭਵਾਂ ਗਰੀਬ ਆ ਭਵਾਂ ਅਮੀਰ ਹੈ ਭਵਾਂ ਕੁਛ ਵੀ ਆ, ਆਪਦੇ ਘਰੇ ਸ਼ਰੇ ਆਮ ਮੁੰਡੇ ਚੱਕੇ ਜਾ ਰਹੇ ਛੋਟੀ ਉਮਰ ਦੇ, ਆ ਜਵਾਕ ਦੇਖੀ ਐਡੇ ਜਵਾਕ ਗੰਗਾਨਗਰ ਦੇ ਵਿੱਚੋਂ, ਮਟੀਨੀ ਦੇ ਵਿੱਚੋਂ, ਹਨੂਮਾਨਗੜ੍ਹ ਦੇ ਵਿੱਚੋਂ, ਰਾਜਸਥਾਨ ਦੇ ਵਿੱਚੋਂ, ਪੂਰੇ ਪੰਜਾਬ ਅਤੇ ਪੂਰੇ ਹਰਿਆਣੇ ਦੇ ਵਿੱਚੋਂ, ਹਰ ਹਿੰਦੁਸਤਾਨ ਦੇ ਵਿੱਚੋਂ, ਭਾਰਤ ਦੇ ਵਿੱਚੋਂ ਬੱਚੇ ਚੱਕੇ ਜਾ ਰਹੇ ਆ। ਪਰ ਮੈਂ ਸਰਕਾਰ ਨੂੰ ਇਹ ਗੱਲ ਅਪੀਲ ਕਰਦਾ ਵੀ ਕਿੱਥੇ ਆ ਉਹ ਸਰਕਾਰ ਜਿਹੜੇ ਅੱਜ ਛੋਟੇ ਬੱਚੇ, ਮੈਂ ਇਸ ਵੇਲੇ ਹਨੇਰੇ 'ਚ ਦੀਂਦਾ ਨਹੀਂ ਮੇਰੇ ਕੋਲ, ਮੈਂ ਚਲਾਵਾਂ, ਉਹ ਬੱਚਿਆਂ ਦੀਆਂ ਕਿਡਨੀਆਂ ਕੱਢ ਰਹੇ ਆ। 8 ਕਰੋੜ ਦਾ ਉਹ ਜਵਾਕ ਵਿਕਦਾ ਜਿਹੜੇ ਖਬਰਾਂ ਦੇ ਵਿੱਚ ਸੁਣਦੇ ਆ, ਉਹਦੀਆਂ ਅੱਖਾਂ, ਉਹਦੀ ਕਿਡਨੀ, ਉਹਦਾ ਲੀਵਰ ਵਿਕਦਾ, ਉਹ ਕਿੱਥੇ ਆ, ਕਿੱਥੇ ਜਾਂਦਾ ਉਹ, ਜਿਹੜੀ ਮਾਂ ਦਾ ਅੱਜ ਇੱਕ ਪੁੱਤ ਗੱਭਰੂ ਜੰਮਿਆ, ਉਹਨੇ 4 ਸਾਲ ਦਾ ਹੋਇਆ, ਉਹਨੂੰ ਦੁੱਧ ਪਿਆਇਆ, ਚੱਕ ਕੇ ਉਹ ਭੁਲੇਖੇ ਨਾਲ ਟੋਫੀ ਦੇ ਕੇ ਉਹਨੂੰ ਲੈ ਗਿਆ, ਉਹ ਕਿੱਥੇ ਜਾਂਦਾ, ਮੈਂ ਸਰਕਾਰ ਨੂੰ ਪੁੱਛਦਾ। ਅਸਲ ਦੇ ਵਿੱਚ ਮੈਂ ਮੋਦੀ ਨੂੰ ਇਹ ਅਪੀਲ ਕਰਨਾ ਚਾਹੁੰਦਾ ਵੀ ਤੇਰੀ ਸਰਕਾਰ ਕਿੱਥੇ ਬੋਲਦੀ ਹੈ, ਜਿਹੜੇ ਤੇਰੇ ਵਾਅਦੇ ਸੀ ਉਹ ਕਿੱਥੇ ਗਏ, ਤੂੰ ਹੁਣ ਤੂੰ ਸਾਡੇ ਜਵਾਕਾਂ 'ਤੇ ਆ ਗਿਆ, ਹੋਰ ਨਹੀਂ ਕੁਛ ਕਰ ਸਕਦਾ, ਉਹ ਤੂੰ ਕੰਜਰਾ ਕਿਸੇ ਵਾਸਤੇ ਦਾ ਸੋਚ ਲਾ। ਮੈਂ ਤੈਨੂੰ ਇਹ ਅਪੀਲ ਕਰਦਾ, ਮੈਨੂੰ ਚੱਕ, ਮੇਰੇ ਗੱਲ ਦੇ ਵਿੱਚ ਪਾ ਦੇ, ਮੇਰੇ ਗੱਲ ਦੇ ਵਿੱਚ ਪਾ ਕੇ ਸਰਕਾਰ ਦੇ ਸਾਹਮਣੇ। ਮੈਂ ਪੁੱਛਣਾ ਚਾਹੁੰਦਾ ਡਾਕਟਰ ਵਿਕ ਗਏ ਵੀ ਡਾਕਟਰ ਵਿਕ ਗਏ ਕਿ ਮੀਡੀਆ ਵਿਕ ਗਿਆ ਕਿ ਡਾਕਟਰ ਵਿਕ ਗਏ ਕਿ ਤੂੰ ਵਿਕ ਗਿਆ। ਮੈਂ ਅਪੀਲ ਕਰਦਾ ਕਿ ਤੂੰ ਵਿਕ ਗਿਆ। ਹਿੰਦੁਸਤਾਨ ਦੇ ਵਿੱਚ ਪਾਕਿਸਤਾਨ ਜਿੱਤਦਾ ਜਦੋਂ ਕ੍ਰਿਕਟ ਦੇ ਵਿੱਚ ਲੋਕ ਤਾੜੀਆਂ ਮਾਰਦੇ ਆ ਵੀ ਪਾਕਿਸਤਾਨ ਜਿੱਤ ਗਿਆ, ਉਹ ਕੰਜਰੋ ਹਿੰਦੁਸਤਾਨ ਪਾਕਿਸਤਾਨ ਬਣਾਤਾ, ਹਿੰਦੁਸਤਾਨ ਨੂੰ ਪਾਕਿਸਤਾਨ ਬਣਾਤਾ ਤੁਸੀਂ ਲੋਕਾਂ ਨੇ। ਪਰ ਤੁਸੀਂ ਸੋਚ ਕੇ ਚੱਲੋ, ਮੈਂ ਇੱਕ ਗਰੀਬ ਮਾਂ ਪੁੱਤ ਦਾ ਪੁੱਤ ਹੈ, ਮੈਂ ਦਿਹਾੜੀ ਕਰਦਾ, ਮਜ਼ਦੂਰੀ ਕਰਦਾ, ਮੈਂ ਮੇਰੇ ਇੱਕ ਛੋਟਾ ਜਿਹਾ ਹੋਟਲ ਚਲਾਉਣਾ ਜਿਹਦੇ ਕੋਲ ਕਾਰ ਟੈਕਸ ਚਲਾਉਂਦਾ ਸੀ, ਜਿਹੜੀ ਨੂੰ ਮੋਦੀ ਨੇ ਬੰਦ ਕੀਤੀ ਹੈ, ਉਹ ਵੀ ਅਸੀਂ 97 ਮਾਡਲ ਚਲਾ ਨਹੀਂ ਸਕਦੇ। ਅੱਜ ਮੈਂ ਲੋਕਾਂ ਦੇ ਝੂਠੇ ਭਾਂਡੇ ਮਾਝ ਕੇ ਮੇਰਾ ਟਾਈਮ ਪਾਸ ਕਰਦਾ। ਮਿੱਤਰੋ ਆਰਕੈਸਟ ਵਾਲਾ ਮੇਰਾ ਨਾਮ ਹੈ, ਪਿੰਡ ਚੱਕ ਸੋਹਣੇ ਵਾਲਾ ਮੇਰਾ ਪਿੰਡ ਹੈ, ਸ਼੍ਰੀ ਗੰਗਾਨਗਰ ਮੈਨੂੰ ਜ਼ਿਲ੍ਹਾ ਪੈਂਦਾ, ਤਹਿਸੀਲ ਸਾਧੂ ਸ਼ਹਿਰ ਮੇਰਾ ਪਿੰਡ ਹੈ, ਜਦੋਂ ਮਰਜ਼ੀ ਅੱਗੇ ਪਾਹੇ ਨਾਲ ਟੰਗ ਲਿਓ। ਮੈਂ ਅਪੀਲ ਕਰਨਾ ਚਾਹੁੰਦਾ ਵੀ ਅਸੀਂ ਵਿਕ ਗਏ, ਮੀਡੀਆ ਵਿਕ ਗਿਆ ਕਿ ਪੁਲਿਸ ਵਿਕ ਗਈ, ਸਾਡੇ ਛੋਟੇ ਛੋਟੇ ਜਵਾਕ ਕਿਉਂ ਚੱਕੇ ਜਾਂਦੇ ਆ। ਮਟੀਲੀ ਦੇ ਵਿੱਚ ਕੈਮਰੇ ਲੱਗੇ ਆ, ਜਿੱਥੇ ਕੋਈ ਕਾਰਵਾਈ ਹੁੰਦੀ ਉਹ ਕੈਮਰੇ ਬੰਦ ਹੁੰਦੇ ਆ ਉਸ ਵੇਲੇ। ਗੰਗਾਨਗਰ ਦੇ ਵਿੱਚ ਕੈਮਰੇ ਲੱਗੇ ਆ, ਜਦੋਂ ਕੋਈ ਕਾਰਵਾਈ ਹੁੰਦੀ ਉਹ ਕੈਮਰੇ ਬੰਦ ਹੁੰਦੇ ਆ ਉਸ ਵੇਲੇ। ਕਿਉਂ, ਕੀ ਗੱਲ ਆ, ਅਸੀਂ ਪੁੱਛਣਾ ਚਾਹੁੰਦੇ ਇਸ ਚੀਜ਼ ਨੂੰ। ਅਸੀਂ ਮਰ ਗਏ, ਮੋਦੀ ਮੇਰੇ ਸਾਹਮਣੇ ਬੈਠ ਕੇ ਗੱਲ ਕਰੇ। ਮੈਂ ਅਪੀਲ ਕਰਦਾ, ਮੇਰੀ ਇਹ ਵੀਡੀਓ ਸ਼ੇਅਰ ਕਰਿਓ ਤੇ ਮੋਦੀ ਤੱਕ ਪਹੁੰਚਣੀ ਚਾਹੇ। ਮੋਦੀ ਮੇਰੇ ਸਾਹਮਣੇ ਬੈਠ ਕੇ ਗੱਲ ਕਰੇ, ਮੋਦੀ ਓਏ ਤੂੰ ਪਿਆਰਿਆ ਗੱਲ ਕਰਦਾ ਵੀ ਮਨ ਕੀ ਬਾਤ, ਓਏ ਪਿਆਰਿਆ ਥੱਲੋਂ ਪਤਾ ਨਹੀਂ ਕੀ ਕੁਛ ਹੋਈ ਜਾਂਦਾ, ਤੂੰ ਮਨ ਕੀ ਆ ਬਾਤਾਂ ਜੀ ਫਿਰਦਾ। ਓਏ ਲੋਕਾਂ ਨੂੰ ਤੂੰ ਟਾਇਲਟ ਦਿੱਤੇ ਖੋਲਣ ਨੂੰ, ਇੱਥੇ ਰਾਜਸਥਾਨ ਦੇ ਵਿੱਚ ਆ ਕੇ ਵੇਖ, ਨਰੇਗਾ ਨਹੀਂ ਪੂਰੀ ਮਿਲਦੀ ਲੋਕਾਂ ਨੂੰ, GNPN ਅਰਗੇ ਖਾ ਜਾਂਦੇ, ਸੈਕਟਰੀ ਖਾ ਜਾਂਦੇ ਆ, ਲੋਕਾਂ ਨੇ ਖੁਈਆਂ ਬਣਾਈਆਂ, ਟਾਇਲਟਾਂ ਬਣਾਈਆਂ, ਅਜੇ ਲੋਕ ਰੋਂਦੇ ਫਿਰਦੇ, ਕਿਸੇ ਨੂੰ ਕੋਈ ਪੈਸੇ ਨਹੀਂ ਮਿਲੇ ਉਹਨਾਂ ਦੇ, ਕੀ ਤੇਰੀਆਂ ਸਹੂਲਤਾਂ ਕਰਦੀਆਂ, ਕੀ ਤੂੰ ਕਰੇਗਾ। ਮੋਦੀ ਬਣ ਗਿਆ, ਮੈਂ ਵਾਅਦੇ ਨਾਲ ਕਹਿੰਦਾ, ਕੱਲਾ ਬੋਲਦਾ ਮੈਨੂੰ ਕਦਮ ਮਰਜ਼ੀ ਫਾਂਸੀ ਨਾਲ ਟੰਗ ਲਓ, 10 ਲੋਕ ਮੇਰੇ ਪਾਸੇ ਖੜੇ ਆ। ਪਰ ਮੈਂ ਇੱਕ ਗੱਲ ਦੀ ਅਪੀਲ ਕਰਦਾ ਮੋਦੀ ਸਾਹਿਬ, ਨਾ ਮੈਂ BJP 'ਚ ਅਤੇ ਨਾ ਮੈਂ ਸਰਕਾਰ ਦੇ ਵਿੱਚ, ਐਤਕੀ ਜਦੋਂ ਹੁਣ PP ਦੀਆਂ ਵੋਟਾਂ ਪਈਆਂ ਵੱਧਦੀਆਂ, ਮੈਂ ਵੋਟ ਨਹੀਂ ਪਾਈ ਬਈ, ਮੇਰੇ ਨਾਲ ਤਾੜੀ ਮਾਰ ਦਿਓ, ਮੈਂ ਵੋਟ ਨਹੀਂ ਪਾਈ ਕਿਸੇ ਨੂੰ। ਕੋਈ ਦਾਰੂ ਨੀ ਪੀਂਦਾ, ਮੈਂ ਸਿਰਫ ਵੈਸ਼ਨੂੰ ਬੰਦਾ, ਮੈਨੂੰ ਕਿਤੇ ਮਰਜ਼ੀ ਖੜਾ ਦੇ। ਨਰੇਗਾ ਦੇ ਪੈਸੇ ਇੱਥੇ, ਚੱਕ ਸੋਹਣੇ ਦੀ ਗੱਲ ਸੁਣੋ, ਚੱਕ ਸੋਹਣੇ ਦੀ ਗੱਲ, GNI ਖੁਦ ਕਹਿੰਦਾ 195 ਰੁਪਏ ਡਾਲੂਗਾ, ਉਹਨੇ ਰੁਪਏ 100 ਤੋਂ ਵਧ ਜਾਂਦੇ ਆ, ਸਿਰਫ 80 ਰੁਪਏ ਪਾਏ ਉਹਨੇ ਨਰੇਗਾ 'ਚ, 255 ਰੁਪਏ ਨਰੇਗਾ ਦੀ ਦਿਹਾੜੀ ਆ, ਦੰਗੇ ਕਰਵਾ ਗਈ ਮਗਲੇ ਗਲੇ ਲਾੜਗੜ੍ਹ ਦੇ ਵਿੱਚ, ਉਹਨੇ ਦੰਗੇ ਕਰਵਾ ਤੇ,
राजस्थान के वसुंधरा की सरकार की बड़ी साढ़े अशोक को होता है असं मानते भी बहुत वधिया असी मानते बहुत वधिया पर हम एक गल मैं दसदा करजा माफ करके तुसी करजा माफ करके तुसी किसानां दा उन्होंने डिफाल्टर बनाए आ अज लोग चूंज रहे आ ना तो तुसी करजा माफ किया ਕਿਹੜੀਆਂ ਗੱਲਾਂ ਹੁੰਦੀਆਂ ਜੀ ਐਸੇ ਕਰਦੇ ਕਿ ਵੈਸੇ ਕਰਦੇ ਫਲਾਣੇ ਰਹਿ ਗਿਆ ਮੀਡੀਆ ਵਾਲੇ ਬੋਲ ਪੈਂਦੇ ਫਲਾਣੇ ਬੋਲ ਪੈਂਦੇ ਆ ਕੁਛ ਨਹੀਂ ਪਿਆ ਕੀ ਪਿਆ ਮੋਦੀ ਮੇਰੇ ਸਾਹਮਣੇ ਬੈਠ ਕੇ ਗੱਲ ਕਰੇ ਜੇ ਤੂੰ ਪ੍ਰਧਾਨ ਮੰਤਰੀ ਆ ਦੇਸ਼ ਦਾ ਤੇਰੇ ਸਾਹਮਣੇ ਪੱਤਾ ਨਹੀਂ ਝੂਲ ਸਕਦਾ ਜਿਵੇਂ ਉਹ ਪਰਮਾਤਮਾ ਦੇ ਸਾਹਮਣੇ ਨਹੀਂ ਝੂਲ ਸਕਦਾ ਜਦੋਂ ਤੇਰੀ ਚੱਲਦੀ ਨਹੀਂ ਤੇ ਫਿਰ ਤੂੰ ਮੋਦੀ ਬਣ ਕੇ ਲੈਣਾ ਕੀ ਡੋਡੇ ਆ ਡੋਡੇ ਲੈਣਾ ਕੀ ਆ ਮੇਰੇ ਸਾਹਮਣੇ ਕੁਰਸੀ ਤੇ ਗੱਲ ਕਰ ਬੈਠ ਕੇ ਮੈਂ ਇੱਕ ਗਰੀਬ ਮੈਂ ਅੱਜ ਮਰਨ ਨੂੰ ਫਿਰਦਾ ਅੱਜ ਪਵਾਂ ਮੈਨੂੰ ਸਾਰਾ ਫੜ ਕੇ ਮੈਨੂੰ ਗੱਡੀ ਥੱਲੇ ਦੇ ਦਿਓ ਪਰ ਮੈਂ ਕਹਿੰਦਾ ਵੀ ਲੋਕਾਂ ਦੀਆਂ ਜਾਨਾਂ ਬਾਜਣ ਕਿਉਂ ਕੰਜਰੋਂ ਮਾਰਦੇ ਹੋ ਕਿਉਂ ਹਿੰਦੁਸਤਾਨ ਨੂੰ ਪਾਕਿਸਤਾਨ ਬਣਾਉਣੇ ਤੁਸੀਂ ਹਿੰਦੁਸਤਾਨ ਦੇ ਵਿੱਚ ਪਾਕਿਸਤਾਨ ਬਣ ਚੁੱਕਿਆ ਹਿੰਦੁਸਤਾਨ ਦੇ ਵਿੱਚ ਲੋਕ ਤਾੜੀਆਂ ਮਾਰਦੇ ਕਹਿੰਦੇ ਪਾਕਿਸਤਾਨ ਜਿੱਤ ਗਿਆ ਰਾਂਚੀ ਜਿੱਤ ਗਿਆ ਆਸਟ੍ਰੇਲੀਆ ਜਿੱਤ ਗਿਆ ਲੋਕ ਪੜਾ ਮਾਰਦੇ ਆ ਓਏ ਕੰਜਰੋ ਸੋਚੋ ਓਏ ਕੁਛ ਕੰਜਰੋ ਓਏ ਹਿੰਦੁਸਤਾਨ ਦੇ ਵਿੱਚ ਪਾਕਿਸਤਾਨ ਵਿੱਚ ਜਿਹੜੇ ਸਾਡੇ ਪੰਜ ਪੰਜ ਸਾਲਾਂ ਤੋਂ ਉਹ ਪਰਮਾਤਮਾ ਅੱਗੇ ਅਸੀਂ ਮੱਥਾ ਟੇਕ ਕੇ ਇੱਕ ਜਵਾਕ ਲੈਂਦੇ ਹਾਂ ਓਏ ਉਹ ਅੱਜ ਕਿਸੇ ਦੇ ਧੱਕੇ ਚੜ ਗਿਆ ਅਸੀਂ ਭਾਲਦੇ ਫਿਰਦੇ ਹਾਂ ਭਾਲਦੇ ਫਿਰਦੇ ਹਾਂ ਮੇਰੀ ਵੀਡੀਓ ਬਾਈ ਜੀ ਸ਼ੇਅਰ ਕਰਿਓ ਮੈਨੂੰ ਕਿਸੇ ਨੂੰ ਲੋੜ ਪਊਗੀ ਚੱਕ ਸੋਹਣੇ ਵਾਲਾ ਮੇਰਾ ਪਿੰਡ ਹੈ ਮਟੀਲੀ ਸਾਧੂ ਸ਼ਹਿਰ ਦਾ ਮੈਂ ਰਹਿਣ ਵਾਲਾ ਹੋਟਲ ਦੇ ਭਾਂਡੇ ਜੂਠੇ ਮਾਂਜਦਾ ਬੂਧਰਾ ਨਹੀਂ ਮੇਰਾ ਹੋਟਲ ਹੈ